Vaheguru,
संगत मिले सो तरिया। बोलो सारे, मेरे माधो जी सत संगत मिले सो तरिया। मेरे माधो जी सत संगत मिले सो तरिया। बोलो मेरे माधो जी
सत्संग कर मिले को तरे मेरे माधो जी सत्संगत मिले सो दरिया मेरे माधो जी सत्संगत मिले सो दरिया गुर प्रसाद परम पद पाया सत्संग
संगत मिले सो तरे संगत बोले जी मेरे हां वाह वाह सारे वड पागी हर संगत पावे पागहीन ब्रह्म चोटा खावे बिन पागा सस नाल पे नाना नाल पे बिन संगत मेल परी के दियो मेरे दादो जी सत संगत मिले सो तरिया पारस के संग तांबा बिगड़ो सो तांबा कंचन होए निबड़ो तांबे नु कहंदे जदों पारस दी संगत होई ओ पारस सोना बन गया तांबा सोना बन गया ते खीर ते अपनी मिसाल दिंदे है संतन संग कबीड़ा बिगड़ो संतन संग कबीड़ा बिगड़ो बोलो सारे संतन संग कबीरा बिगड़े कबीर नु संतां दी संगत हो गई संतन संग कबीरा बिगड़ो संतन संग संतन संग कबीरा बिगड़ो संतन संग कबीरा बिगड़ो सो कबीर रामे होए निबड़ो कहते फिर कबीर ते की बनया कबीर भी राम दा ही रूप हो गया सो कबीर रामे होए निबड़ो सो कबीर रामे होए निबड़ो मेरे माता जी सत संगत मिले सो तरिया मागो जी सत संगत मिले सो तरिया बोलो सारे सारे नहीं बोल रहे वाह वाह गुर प्रसाद परम पद पाया गुर प्रसाद परम पद पाया संगत बोलो गुर प्रसाद भैरो गुर प्रसाद परम पद पाया मिले सो तरिया बोलो मेरे माँ
ਆ ਘੜੀਆਂ ਭਾਗਾਂ ਨਾਲ ਮਿਲਦੀਆਂ ਜੇ ਇੱਕ ਵੀ ਰਸਨਾ ਖਾਲੀ ਨਾ ਰਹੇ ਆਪ ਚੈੱਕ ਕਰੋ ਕਿਹੜਾ ਨਹੀਂ ਜਪ ਰਿਹਾ ਤੁਹਾਡੀ ਗਿਣਤੀ ਜ਼ਿਆਦਾ ਆਵਾਜ਼ ਘੱਟ ਸ਼ਾਬਾਸ਼ ਬਲਿਹਾਰ ਜੁੜ ਜੋ ਸਾਰੇ ਜੁੜ ਜੋ ਜਪਾਂਗੇ ਸਾਡਾ ਹੀ ਭਲਾ ਜੇ ਮੇਰੇ ਮਾਤੋ ਜੀ ਸਤਸੰਗਤ ਮਿਲੇ ਸੋ ਤਰਿਆ ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਤੋ ਜੀ ਸਤਸੰਗਤ ਮਿਲੇ ਸੋ ਤਰਿਆ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਬਾਬੇ ਨਾਨਕ ਦੇ ਪਿਆਰ ਵਿੱਚ ਭਾਈ ਮਤੀ ਦਾਸ ਜੀ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਰਸਨਾ ਪੁੱਤਰ ਕਰੋ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਮੁੜ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿੰਨਾ ਕਹੀਏ ਥੋੜ੍ਹਾ ਵਾਹਿਗੁਰੂ ਜਿੰਨੀ ਵਾਰੀ ਕਹੀਏ ਥੋੜ੍ਹਾ ਵਾਹਿਗੁਰੂ ਕਹਿੰਦੇ ਹਾਂ ਜੇਬਾ ਪਵਿੱਤਰ ਹੁੰਦੀ ਹੈ ਜਦੋਂ ਸੁਣਦੇ ਹਾਂ ਕੰਨ ਪਵਿੱਤਰ ਹੁੰਦੇ ਹੈ ਕਿਉਂ ਨਾ ਮੁੜ ਆਖੀਏ ਸਤਨਾਮ ਸ਼੍ਰੀ ਇੱਕ ਦਿਨ ਭਾਈ ਵੀਰ ਸਿੰਘ ਜੀ ਬੈਠੇ ਆਪਣੇ ਸੇਵਕਾਂ ਨੂੰ ਕਹਿੰਦੇ ਵਾਹਿਗੁਰੂ ਦਾ ਸਵਾਦ ਕੀ ਦੱਸਾਂ ਜਿਨ੍ਹਾਂ ਨਹੀਂ ਜਪਿਆ ਉਹ ਤਾਂ ਪਛਤਾਣਗੇ ਜਿਨ੍ਹਾਂ ਨੇ ਜਪਿਆ ਉਹ ਵੀ ਪਛਤਾਣਗੇ ਸੇਵਾਦਾਰ ਹੈਰਾਨ ਹੋ ਗਏ ਵੀ ਆ ਕਿਹੋ ਜਿਹਾ ਬਚਣ ਨਾ ਜਪਣ ਵਾਲੇ ਤੇ ਪਛਤਾਣ ਜਪਣ ਵਾਲਾ ਕਿਉਂ ਪਛਤਾਵੇ
ਭਾਈ ਵੀਰ ਸਿੰਘ ਜੀ ਨੇ ਫਿਰ ਅਰਥ ਖੋਲ੍ਹੇ, ਕਹਿੰਦੇ ਜਦੋਂ ਗਾਂ ਜਾਣਾ ਹੈ, ਜਦੋਂ ਗਾਂ ਜਾਣਾ ਹੈ ਉਦੋਂ ਸਾਸ ਹੋਣਾ, ਸਾਥ ਨਾ ਚੱਲੇ ਬਿਨ ਭਜਣ ਵਿਖਿਆ ਸਗਲੀ, ਹਰ ਹਰ ਨਾਮ ਨਾਨਕ। ਉਦੋਂ ਪਤਾ ਲੱਗਣਾ ਕੋਠੀਆਂ ਉੱਥੇ ਹੀ ਰਹਿ ਗਈਆਂ, ਬੰਗਲੇ ਉੱਥੇ ਹੀ ਰਹਿ ਗਏ, ਦੁਕਾਨਾਂ ਉੱਥੇ ਰਹਿ ਗਈਆਂ, ਸ਼ੋਰੂਮ ਉੱਥੇ ਹੀ ਰਹਿ ਗਏ, ਪਲਾਟ ਉੱਥੇ ਹੀ ਰਹਿ ਗਏ, ਮਾਇਆ ਉੱਥੇ ਹੀ ਰਹਿ ਗਈ, ਗਹਿਣਾ ਉੱਥੇ ਹੀ ਰਹਿ ਗਿਆ। ਇੱਥੇ ਤਾਂ ਕੇਵਲ ਨਾਮ ਬਾਣੀ ਅਤੇ ਸੰਗਤ ਦੀਆਂ ਘੜੀਆਂ ਆਈਆਂ। ਆਖੋ ਉਦੋਂ ਉਦੋਂ ਅਹਿਸਾਸ ਹੋਣਾ, ਉਦੋਂ ਉਹ ਪਛਤਾਣਗੇ ਮੈਂ ਜਪਿਆ ਨਹੀਂ। ਮੈਨੂੰ ਕਹਿੰਦੇ ਸੀ ਜਪ ਲੈ, ਮੈਂ ਜਪਿਆ ਨਹੀਂ। ਜਿੰਨਾਂ ਨਹੀਂ ਜਪਿਆ ਫਿਰ ਉਦੋਂ ਪਛਤਾਣਗੇ ਨਾ ਜਪਣ ਵਾਲੇ। ਅਤੇ ਮਹਾਰਾਜ ਫਿਰ ਜਪਣ ਵਾਲੇ ਕਿਉਂ ਪਛਤਾਣਗੇ? ਕਹਿੰਦੇ ਜਪਣ ਵਾਲਿਆਂ ਨੇ ਜਦੋਂ ਦਰਗਾਹ 'ਚ ਜਾਣਾ, ਉਹਨਾਂ ਨੇ ਵੇਖਣਾ ਨਾਮ ਦੀ ਇੰਨੀ ਮਹਿਮਾ, ਨਾਮ ਦੀ ਇੰਨੀ ਸੁਭ ਹੈ, ਸਭ ਕੁਝ ਹੈ ਹੀ ਨਾਮ ਦੇ ਸਦਕੇ। ਕਹਿੰਦੇ ਉਦੋਂ ਜਪਣ ਵਾਲਿਆਂ ਨੇ ਕਹਿਣਾ ਆਪਾਂ ਹੋਰ ਕਿਉਂ ਨਹੀਂ ਜਪਿਆ? ਆਖੋ ਆਪਾਂ ਥੋੜ੍ਹਾ ਕਿਉਂ ਜਪਿਆ, ਆਪਾਂ ਹੋਰ ਕਿਉਂ ਨਹੀਂ ਜਪਿਆ? ਇਸ ਲਈ ਉਹ ਵੀ ਪਛਤਾਣਗੇ। ਅਗਾਣਾ ਪਛਤਾਈਏ ਫਿਰ ਜਪੋ ਸਾਰੇ ਸਤਨਾਮ। ਖਿਆਲ ਰੱਖਿਓ ਕਬੀਰ ਲੁੱਟਣਾ ਹੈ ਤੋ ਰਾਮ ਨਾਮ ਹੈ, ਫਿਰ ਪਾਸੇ ਪਛਤਾਏਂਗੇ ਜੋ ਪ੍ਰਾਣ ਜਾਏਂਗੇ। ਇਹਨੂੰ ਲੁੱਟ ਲੈ ਜਿੰਨਾ ਲੁੱਟਦਾ, ਜਿੰਨਾ ਲੁੱਟ ਸਕਦਾ। ਗਿਆਨੀ ਪਿੰਦਰਪਾਲ ਸਿੰਘ ਜੀ ਦਾ ਮੈਂ ਬਚਨ ਸੁਣ ਰਿਹਾ ਸੀ। ਕਹਿੰਦੇ ਇੱਕ ਬੰਦਾ ਮੈਨੂੰ ਕਹਿੰਦਾ ਮਹਾਰਾਜ ਸਵੇਰੇ ਜਦੋਂ ਉੱਠਦੇ ਹਾਂ ਬ੍ਰਸ਼ ਕਰਨ ਤੋਂ ਬਾਅਦ ਵਾਹਿਗੁਰੂ ਜਪੀਏ ਕਿ ਪਹਿਲੇ ਜਪੀਏ? ਆਖੋ ਵਾਹਿਗੁਰੂ ਵਾਹਿਗੁਰੂ ਜਿਹੜਾ ਜਪਣਾ ਬੁਰਸ਼ ਕਰਨ ਤੋਂ ਬਾਅਦ ਜਪਣਾ ਕਿ ਪਹਿਲੇ ਜਪ ਸਕਦੇ ਹਾਂ? ਉਹ ਕਹਿੰਦੇ ਤੂੰ ਪੁੱਛਦਾ ਹੀ ਰਹਿ ਜਾਣਾ ਕਬੀਰ ਜੀ ਤੇ। ਕਹਿੰਦੇ ਜਿੰਨਾ ਲੁੱਟ ਸਕਦਾ ਲੁੱਟ ਲੈ। ਆਖੋ ਤੂੰ ਬ੍ਰਸ਼ ਦਾ ਪੁੱਛਦਾ ਪਿਆ ਕਰਾਂ ਕਿ ਨਾ ਕਰਾਂ, ਬਾਅਦ 'ਚ ਜਪਾਂ ਪਹਿਲੇ ਜਪਾਂ? ਕਬੀਰ ਕਹਿੰਦੇ ਉੱਠਦਿਆਂ ਸਾਰੀ ਆਖੋ, ਸਾਰੇ ਆਖੋ ਜੀ। ਇੱਕ ਦਿਨ ਭਾਈ ਮਰਦਾਨਾ ਜੀ ਉੱਠੇ, ਭਾਈ ਮਰਦਾਨਾ ਜੀ ਉੱਠੇ ਤੇ ਉੱਠਦਿਆਂ ਹੀ ਕਹਿੰਦੇ ਸ਼ੁਕਰ ਏ ਸ਼ੁਕਰ ਏ ਸ਼ੁਕਰ ਏ। ਗੁਰੂ ਨਾਨਕ ਕਹਿੰਦੇ ਮਰਦਾਨਿਆਂ ਉੱਠਦਿਆਂ ਹੀ ਸ਼ੁਕਰ ਕਰਨ ਲੱਗ ਪਿਆ, ਕੀ ਗੱਲ ਏ? ਕਹਿੰਦੇ ਮਹਾਰਾਜ ਸ਼ੁਕਰ ਤਾਂ ਕਰਦਾ ਪਿਆ ਵਾਂ ਜਦੋਂ ਉੱਠਿਆ ਵਾਂ ਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਸੀ। ਆਖੋ ਉੱਠਦਿਆਂ ਸਾਰੀ, ਅੱਖਾਂ ਬਾਅਦ ਵਿੱਚੋਂ ਖੁੱਲਣ ਪਹਿਲੇ, ਕੰਨਾਂ 'ਚ ਜਦੋਂ ਵਾਹਿਗੁਰੂ ਦੀ ਆਵਾਜ਼ ਆਵੇ ਸਮਝ ਲੈ ਤੇਰੀ ਰਾਤ ਸੁੱਤਿਆਂ ਨਹੀਂ ਬੀਤੀ, ਤੇਰੀ ਰਾਤ ਵੀ ਭਗਤੀ 'ਚ ਬੀਤੀ ਏ। ਆਖੋ ਇਹ ਅਵਸਥਾ ਮੰਗੀਏ, ਉੱਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾ। ਇਹਦਾ ਮਤਲਬ ਸੁੱਤਿਆਂ ਵੀ ਨਾਮ ਏ। ਅੱਜ ਡਾਕਟਰ ਮੰਨਦੇ ਨੇ ਬੰਦਾ ਸੌ ਜਾਂਦਾ ਦਿਮਾਗ ਬ੍ਰੇਨ ਚੱਲਦਾ ਰਹਿੰਦਾ। ਆਖੋ ਸਾਇੰਸ ਅੱਜ ਮੰਨ ਗਈ ਸਰੀਰ ਸੁੱਤਾ ਬ੍ਰੇਨ ਨਹੀਂ ਸੁਣਦਾ, ਦਿਮਾਗ ਚੱਲਦਾ ਰਹਿੰਦਾ, ਤਾਂ ਹੀ ਤੇ ਤੁਸੀਂ ਸੁਪਨੇ ਵੇਖਦੇ ਹੋ। ਅੱਜ ਸਾਇੰਸ ਮੰਨ ਗਈ ਏ ਸਰੀਰ ਸੁੱਤਾ ਬੰਦਾ ਸੁੱਤਾ ਹਾਰਟ ਇਹ ਨਬਜ਼ ਚੱਲ ਰਹੀ ਏ, ਨਬਜ਼ ਨਹੀਂ ਰੁਕਦੀ, ਨਬਜ਼ ਨਹੀਂ ਸੁਣਦੀ। ਅੱਜ ਸਾਇੰਸ ਮੰਨ ਗਈ ਏ ਬੰਦਾ ਸੁਣਦਾ ਦਿਲ ਧੜਕਦਾ ਰਹਿੰਦਾ, ਹਾਰਟ ਬੀਟ ਚੱਲਦੀ ਰਹਿੰਦੀ ਏ। ਆਖੋ ਹਾਰਟ ਬੀਟ ਤਾਂ ਨਹੀਂ ਰੁਕਦੀ, ਦਿਲ ਤਾਂ ਨਹੀਂ ਸੁਣਦਾ। ਹੁਣ ਗੱਲ ਨੂੰ ਸਮਝਿਓ। ਤੇ ਫਿਰ ਮਹਾਂਪੁਰ ਕਹਿੰਦੇ ਜੇ ਬੰਦਾ ਸੌਂ ਗਿਆ ਦਿਮਾਗ ਚੱਲ ਸਕਦਾ, ਜੇ ਬੰਦਾ ਸੁੱਤਾ ਹਾਰਟ ਬੀਟ ਚੱਲ ਸਕਦੀ ਏ, ਜੇ ਬੰਦਾ ਸੁੱਤਾ ਨਬਜ਼ ਚੱਲ ਸਕਦੀ ਏ, ਫਿਰ ਇਹ ਵੀ ਹੋ ਸਕਦਾ ਬੰਦਾ ਸੁੱਤਾ ਤੇ ਵਾਹਿਗੁਰੂ ਦਾ ਸਿਮਰਨ ਵੀ ਚੱਲ ਸਕਦਾ। ਦਿਓ ਜਕਾਰਾ ਇੱਕ ਗੱਜ ਕੇ ਜੀ।
ਗੱਲ ਨੂੰ ਸਮਝਣਾ, ਗੱਲ ਨੂੰ ਸਮਝਣਾ, ਆਪਾਂ ਪੁੱਛਣ ਪਛਾਣ 'ਚ ਨਹੀਂ ਰਹਿਣਾ। ਮਹਾਰਾਜ ਬ੍ਰਸ਼ ਕਰਨ ਤੋਂ ਬਾਅਦ ਜਪੀਏ ਕਿ ਪਹਿਲੇ ਜਪੀਏ, ਜਿੰਨਾ ਲੁੱਟ ਸਕਦਾ ਲੁੱਟ ਲੈ, ਆਖੋ ਸਾਰੇ ਆਖੋ ਜੀ, ਜਿੰਨਾ ਜਪ ਸਕਦਾ ਜਪ ਲੈ, ਤੂੰ ਤੇ ਸੁੱਤਿਆ ਸੌਣ ਵਾਲੀਆਂ ਘੜੀਆਂ ਨੂੰ ਵੀ ਸੰਭਾਲ, ਤੇਰਾ ਸੁੱਤਾ ਵੀ ਤੇਰਾ ਸੋਹਣਾ ਵੀ ਭਗਤੀ ਬਣ ਜੇ, ਇਹੋ ਜਿਹਾ ਸੌ ਆਖੋ, ਐਸਾ ਐਸੀ ਅਵਸਥਾ ਬਣੇ, ਨਾਮਾ ਕਹੇ ਤਲੋਚਣਾ ਮੁਖ ਤੇ, ਸਾਰੇ ਬੋਲੋ ਮੁਖ ਤੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਇਸ ਵਾਹਿਗੁਰੂ ਸ਼ਬਦ ਨੂੰ ਇੰਨੇ ਪਿਆਰ ਵਿੱਚ ਜਪ, ਗੱਲ ਨੂੰ ਸਮਝੇ। ਜਿਹਦੇ ਕੋਲ ਫਿਰ ਇਹ ਧਨ ਹੈ, ਦੁਨੀਆਂ ਦੀ ਕੋਈ ਤਾਕਤ ਉਹਦਾ ਵਾਲ ਵਿੰਗਾ ਨਹੀਂ ਜੇ ਕਰ ਸਕਦੀ, ਆਖੋ। ਇੱਕ ਸੱਯਦ ਪ੍ਰਿਥੀਪਾਲ ਸਿੰਘ ਜੀ ਹੋਏ ਨੇ, ਹੁਣ ਸਰੀਰ ਬਦਲ ਗਏ ਨੇ, ਪਰਿਵਾਰ ਸਾਰਾ ਲੰਡਨ 'ਚ ਰਹਿੰਦਾ। ਉਹ ਪਹਿਲੇ ਮੁਸਲਮਾਨ ਸਨ, ਗੁਰਬਾਣੀ ਦੀ ਕਰਾਮਾਤ ਵੇਖ ਕੇ, ਗੁਰਬਾਣੀ ਦੀ ਬਖਸ਼ਿਸ਼ ਵੇਖ ਕੇ ਮੁਸਲਮਾਨ ਤੋਂ ਅੰਮ੍ਰਿਤ ਛਕਿਆ ਅਤੇ ਸਿੰਘ ਬਣੇ, ਗੁਰੂ ਦੇ ਸਿੱਖ ਬਣੇ। ਗੱਲ ਨੂੰ ਸਮਝਣਾ। ਉਹਨਾਂ ਨੇ ਆਪਣੀ ਇੱਕ ਬੀਤੀ ਦੱਸੀ ਹੈ, ਕਹਿੰਦੇ ਪਤਾ ਮੈਂ ਕਿਵੇਂ ਯੂਟਰਨ ਲਿੱਤਾ। ਉਹ ਕਹਿੰਦੇ ਮੇਰੇ ਫਾਦਰ, ਇਹ ਜਿਨ੍ਹਾਂ ਦੀ ਗੱਲ ਦਾਸ ਦੱਸ ਰਿਹਾ, ਕਈ ਜਗ੍ਹਾ 'ਤੇ ਗਿਆਨੀ ਪਿੰਦਰਪਾਲ ਸਿੰਘ ਜੀ ਹੋਰਾਂ ਨੇ ਇਹਨਾਂ ਦਾ ਨਾਮ ਲਿੱਤਾ, ਇਹਨਾਂ ਦੇ ਬਚਨ ਸੁਣਾਏ ਨੇ, ਅਤੇ ਇੰਗਲੈਂਡ ਇਹਨਾਂ ਦੇ ਘਰ ਰਹਿ ਕੇ ਵੀ ਆਏ ਨੇ। ਸੁਣਿਓ, ਇਹ ਕਹਿੰਦੇ ਮੈਂ ਮੁਸਲਮਾਨ ਤੋਂ ਸਿੱਖ ਪਤਾ ਕਿਵੇਂ ਬਣਿਆ। ਸੁਣਿਓ, ਤੁਹਾਨੂੰ ਵੀ ਬਲ ਮਿਲੇਗਾ। ਕਹਿੰਦੇ ਮੈਂ ਛੋਟਾ ਸਾਂ ਅਤੇ ਮੈਂ ਕੀ ਵੇਖਿਆ ਵੀ ਮੇਰਾ ਪਿਓ ਪਾਕਿਸਤਾਨ ਦੇ ਇੱਕ ਇਲਾਕੇ ਦਾ ਰਾਜਾ ਸੀ, ਉਹਦੇ ਕੋਲ ਨੌਕਰੀ ਕਰਦਾ ਸੀ। ਨੌਕਰੀ ਕਾਹਦੀ? ਇੱਕ ਤਾਂ ਮੰਤਰੀ ਹੁੰਦੇ ਨੇ ਨਾ, ਮਨਿਸਟਰ ਵਜ਼ੀਰ, ਉਹ ਨਹੀਂ, ਇੱਕ ਦੂਜੇ ਮੰਤਰੀ ਹੁੰਦੇ ਨੇ, ਕੰਨਾਂ ਲਾ ਕੇ ਮੰਤਰੀ ਹੁੰਦੇ ਨੇ, ਜਿਹੜੇ ਜਿਨ੍ਹਾਂ ਨੇ ਜੰਤਰਾਂ ਮੰਤਰਾਂ ਦੀ ਵਿੱਦਿਆ ਲਿੱਤੀ ਹੁੰਦੀ ਹੈ, ਅਤੇ ਇੱਕ ਦੂਜੇ ਨੂੰ ਮੰਤਰ ਦੇ ਕੇ ਨਾ ਕਿਸੇ ਦਾ ਕੰਮ ਵਿਗਾੜ ਦਿੰਦੇ ਨੇ, ਕਿਸੇ ਦਾ ਸਵਾਰ ਦਿੰਦੇ ਨੇ, ਆਖੋ, ਜਿਨ੍ਹਾਂ ਨੂੰ ਮੰਤਰ ਵਿੱਦਿਆ ਆਉਂਦੀ ਹੈ। ਕਹਿੰਦੇ ਮੇਰਾ ਪਿਓ ਉਹ ਵਿੱਦਿਆ 'ਚ ਮਾਹਰ ਸੀ ਅਤੇ ਮੰਤਰ ਦਿੰਦਾ ਸੀ, ਰਾਜੇ ਦੀ ਨੌਕਰੀ ਕਰਨੀ। ਕਹਿੰਦੇ ਇੱਕ ਦਿਨ ਰਾਜੇ ਨੇ ਮੇਰੇ ਪਿਓ ਨੂੰ ਕਿਹਾ, ਇੱਕ ਫਲਾਣਾ ਬੰਦਾ, ਸੁਣਿਓ, ਇੱਕ ਫਲਾਣਾ ਬੰਦਾ, ਉਹ ਜਦੋਂ ਮੇਰੇ ਸਾਹਮਣੇ ਆਉਂਦਾ ਅਤੇ ਮੇਰੇ ਅੰਦਰ ਨਾ ਨਫ਼ਰਤ ਜਿਹੀ ਆ ਜਾਂਦੀ ਹੈ, ਉਹਨੂੰ ਵੇਖ ਕੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਮੈਨੂੰ ਇੰਝ ਲੱਗਦਾ ਸਾਲਾ ਜਿਹਾ ਪੈ ਜਾਂਦਾ ਵੀ ਇਹਦਾ ਬੇੜਾ ਗਰਕ ਹੋ ਜੇ, ਇਹਦਾ ਨੁਕਸਾਨ ਹੋ ਜੇ, ਆਖੋ। ਇਹਨੂੰ ਕਹਿੰਦੇ ਜੇ ਈਰਖਾ, ਵੀ ਅੰਦਰ ਈਰਖਾ ਦੀ ਅੱਗ ਮਲ ਜਾਂਦੀ ਹੈ, ਭਾਂਬਣ ਮੱਚ ਜਾਂਦੇ ਜੇ। ਯਾਦ ਰੱਖਣਾ, ਆ ਗੱਲ ਸੁਣਾਉਣ ਵਜੋਂ ਦਾਸ ਸੁਣਾ ਰਿਹਾ, ਸਾਨੂੰ ਇਹਦੀ ਆਗਿਆ ਨਹੀਂ ਹੈਗੀ, ਸਾਨੂੰ ਸਿੱਖੀ ਬਾਬੇ ਨੇ ਪਤਾ ਕਿਹੜੀ ਦਿੱਤੀ ਹੈ, ਇਹੋ ਜਿਹਾ ਰਸਤਾ ਹੀ ਨਹੀਂ ਹੈਗਾ, ਇਹੋ ਜਿਹਾ ਮਾਰਗ ਹੀ ਨਹੀਂ ਹੈਗਾ। ਸਿੱਖੀ ਦਾ ਮਾਰਗ ਜੇ ਨਾਨਕ ਨਾਮ, ਸਾਰੇ ਬੋਲੋ ਨਾਨਕ ਨਾਮ, ਫਿਰ ਸਾਰਿਆਂ ਨੇ ਨਹੀਂ ਬੋਲਿਆ, ਨਾਨਕ ਨਾਮ ਤੇਰੇ ਭਾਣੇ, ਸਿੱਖਾ ਤੂੰ ਆਹ ਮਾਰਗ ਫੜਨਾ, ਤਾਂ ਹੀ ਆਪਾਂ ਸੰਗਤ ਚਾਹੁੰਦੇ ਹਾਂ। ਬਾਹਰ ਅੱਗ ਲੱਗੀ ਪਈ ਹੈ, ਬਾਹਰ ਅੱਗ ਬਲਦੀ ਪਈ ਹੈ, ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ, ਦੂਜਾ ਤੀਜੇ ਨੂੰ ਵੇਖ ਕੇ ਰਾਜੀ ਨਹੀਂ, ਗੁਆਂਢੀ ਗੁਆਂਢੀ ਨੂੰ ਵੇਖ ਕੇ ਰਾਜੀ ਨਹੀਂ, ਭਰਾ ਭਰਾ ਨੂੰ ਵੇਖ ਕੇ ਰਾਜੀ ਨਹੀਂ, ਆਖੋ। ਐਵੇਂ ਨਹੀਂ ਆਖੀ ਦਾ ਸੰਗਤ ਜਾਓ, ਸੰਗਤ ਕਰ, ਸੰਗਤ 'ਚ ਇੱਕ ਠੰਡ ਵਰਤਦੀ ਜੇ, ਸੰਗਤ 'ਚ ਹੀ ਇਹ ਸਿਖਾਇਆ ਜਾਂਦਾ ਨਾਨਕ ਨਾਮ ਤੇਰੇ ਭਾਣੇ, ਸੰਗਤ 'ਚ ਹੀ ਇਹ ਸਿਖਾਇਆ ਜਾਂਦਾ, ਨਾ ਕੋ ਦੁਸ਼ਮਣ, ਨਾ ਕੋ ਬੈਰੀ, ਨਾ ਕੋ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ, ਇਹ ਸੰਗਤ 'ਚ ਸਾਨੂੰ ਸਿਖਾਇਆ ਜਾਂਦਾ, ਨਾ ਕੋ ਮੇਰਾ ਦੁਸ਼ਮਣ ਰਹੇ, ਨਾ ਹਮ ਕਿਸਕੇ ਬੈਰ ਆਈ, ਸਾਡਾ ਕੋਈ ਦੁਸ਼ਮਣ ਹੀ ਨਹੀਂ, ਵੈਰ ਹੈ ਹੀ ਨਹੀਂ, ਇਹ ਨਿਰਵੈਰਤਾ ਸੰਗਤ 'ਚ ਸਿਖਾਈ ਜਾਏਗੀ, ਆਖੋ, ਸਾਰੇ ਆਖੋ ਜੀ।
ਮਾਂ ਆਈ ਦਾ ਸੰਗਤ ਕਰਨ, ਨਹੀਂ ਤੇ ਬਾਹਰ ਤੇ ਫਿਰ ਇਹੀ ਕਹਿੰਦੇ ਨੇ ਇੱਕ ਦੂਜੇ ਦਾ ਬੁਰਾ। ਹੁਣ ਸੁਣਿਓ, ਉਹ ਰਾਜਾ ਕਹਿੰਦੇ, ਉਹ ਰਾਜਾ ਮੇਰੇ ਪਿਓ ਨੂੰ ਕਹਿੰਦਾ ਫਲਾਣਾ ਬੰਦਾ ਜਦੋਂ ਆਉਂਦਾ ਹੈ ਮੇਰੇ ਅੰਦਰ ਈਰਖਾ ਦੀ ਅੱਗ ਬਲ ਜਾਂਦੀ ਹੈ, ਇਹਦਾ ਮਾੜਾ ਕਰਨਾ ਹੈ। ਕਹਿੰਦਾ ਮੇਰਾ ਪਿਓ ਕਹਿੰਦਾ ਕਰ ਦਿਆਂਗੇ, ਇਹ ਤੇ ਕਿਹੜੀ ਵੱਡੀ ਗੱਲ ਹੈ। ਕਹਿੰਦੇ ਮੇਰੇ ਪਿਓ ਨੇ ਨਾ ਇੱਕ ਛੁਹਾਰੇ ਤੇ ਮੰਤਰ ਪੜ੍ਹੇ, ਹਫ਼ਤਾ ਲਾ ਕੇ ਰਿੱਧ ਸਿੱਧ ਕੀਤੀ, ਮੰਤਰ ਦਿੱਤਾ ਵੀ ਕਹਿੰਦੇ ਮੰਤਰ ਇਹ ਛੁਹਾਰਾ ਉਹਨੂੰ ਖਵਾ ਦੀ। ਕਹਿੰਦੇ 10 ਦਿਨਾਂ ਬਾਅਦ ਮੇਰਾ ਪਿਓ ਰਾਜੇ ਨੂੰ ਪੁੱਛਦੇ ਛੁਹਾਰਾ ਖਵਾ ਤਾ, ਉਹ ਕਹਿੰਦਾ ਨਹੀਂ, ਪਹਿਲੇ 5 ਦਿਨ ਬੰਦਾ ਹੀ ਨਹੀਂ ਆਇਆ, ਮਿਲਿਆ ਹੀ ਨਹੀਂ, ਜਦੋਂ ਮਿਲਿਆ ਮੈਂ 3 ਵਾਰੀ ਜ਼ੋਰ ਲਾਇਆ ਉਹਨੂੰ ਛੁਹਾਰਾ ਖਵਾਉਣ ਦਾ, ਉਹਨੇ ਖਾਧਾ ਹੀ ਨਹੀਂ। ਅੱਖੋ ਉਹ ਬੇਦੀ ਨਹੀਂ ਬਣੀ ਕੋਈ ਇਹੋ ਜਿਹੀ। ਕਹਿੰਦਾ ਫਿਰ ਮੇਰਾ ਪਿਓ ਕਹਿੰਦਾ ਫਿਰ ਤਾਂ ਇਹਦੇ 'ਤੇ ਮੰਤਰ ਦਾ ਅਸਰ ਹੀ ਖਤਮ ਹੋ ਗਿਆ, ਹੁਣ ਫਿਰ ਕੀ ਕਰੀਏ। ਕਹਿੰਦਾ ਫਿਰ ਇੰਝ ਕੰਮ ਕਰਦੇ ਹਾਂ, ਮੈਂ ਦੁਬਾਰਾ ਮੰਤਰ ਸਿੱਧ ਕਰਕੇ ਨਵਾਂ ਛੁਹਾਰਾ ਦਿਆਂਗਾ। ਕਹਿੰਦਾ ਉਹਨੇ 8 ਦਿਨ ਲਾ ਕੇ ਦੁਬਾਰਾ ਮੰਤਰ ਸਿੱਧ ਕੀਤੇ, ਦੁਬਾਰਾ ਇੱਕ ਛੁਹਾਰਾ ਤਿਆਰ ਕੀਤਾ। ਕਹਿੰਦਾ ਵੀ ਹੁਣ ਰਾਜਨ ਇਹ ਦੂਜੀ ਵਾਰੀ ਤਿਆਰ ਕੀਤਾ ਖਵਾ ਦਈ, ਨਹੀਂ ਤਾਂ ਫਿਰ ਬੇਅਸਰ ਹੋ ਜਾਣਾ। ਕਹਿੰਦਾ ਨਹੀਂ, ਇਹ ਕੀ ਮੈਂ ਸਕੀਮ ਸੋਚ ਲਈ ਹੈ। ਹੁਣ ਰਾਜੇ ਨੇ ਪਤਾ ਕੀ ਸਕੀਮ ਸੋਚੀ ਜੀ, ਇੱਕ ਬੰਦੇ ਨੂੰ ਛੁਹਾਰਾ ਖਵਾਉਣ ਪਿੱਛੇ ਨਾ, ਜਿਵੇਂ ਅੱਜ ਕੱਲ੍ਹ ਅਸੀਂ ਕਹਿ ਦਿੰਦੇ ਹਾਂ ਜੀ ਰਿਸੈਪਸ਼ਨ ਹੈਗੀ ਹੈ, ਪਾਰਟੀ ਹੈ, ਉਦੋਂ ਰਿਸੈਪਸ਼ਨ ਨੂੰ ਪਤਾ ਕੀ ਕਹਿੰਦੇ ਸੀ, ਰਾਤਰੀ ਭੋਜ। ਅੱਖੋ ਉਹ ਰਾਜੇ ਨੇ ਨਾ ਇੱਕ ਗ੍ਰੈਂਡ ਪਾਰਟੀ ਰੱਖੀ ਵੱਡੀ, ਉਹਨੂੰ ਉਦੋਂ ਸਮੇਂ 'ਚ ਰਾਤਰੀ ਭੋਜ ਕਹਿੰਦੇ ਸੀ, ਅਤੇ ਰਾਤਰੀ ਭੋਜ ਰੱਖਿਆ ਅਤੇ ਉਹ ਬੰਦੇ ਘਰ ਆਪ ਸੱਦਾ ਦੇਣ ਗਿਆ। ਕਹਿੰਦਾ ਰਾਜਾ ਕਹਿੰਦਾ ਵੀ ਭਾਈ ਮੈਂ ਆ ਪਾਰਟੀ ਰੱਖੀ ਹੈ, ਰਾਤਰੀ ਭੋਜ ਰੱਖਿਆ, ਤੂੰ ਜ਼ਰੂਰ ਆਉਣਾ, ਤੈਨੂੰ ਸੱਦਣ ਮੈਂ ਆਪ ਆਇਆ। ਅੱਖੋ ਉਹ ਜਿਹਨੂੰ ਛੁਹਾਰਾ ਖਵਾਉਣਾ ਸੀ, ਕਹਿੰਦਾ ਉਹ ਸ਼ਰਮੋ ਸ਼ਰਮੀ ਕਹਿੰਦਾ ਜੀ ਮੈਂ ਜ਼ਰੂਰ ਆਵਾਂਗਾ। ਹੁਣ ਇੱਕ ਬੰਦੇ ਨੂੰ ਫਸਾਉਣ ਪਿੱਛੇ 1-2 ਲੱਖ ਖਰਚਾ ਕਰਦਾ। ਅੱਖੋ 200-400 ਬੰਦੇ ਨੂੰ ਸੱਦ ਕੇ ਰਾਤਰੀ ਭੋਜ ਰੱਖਿਆ, ਅਤੇ ਜਦੋਂ ਉਹ ਬੰਦਾ ਆਇਆ, ਰਾਜੇ ਨੇ ਨਿਸ਼ਾਨੀ ਲਾਈ ਹੋਈ ਸੀ, ਨੌਕਰਾਂ ਨੂੰ ਸਮਝਾਇਆ ਸੀ, ਉਹ ਸਪੈਸ਼ਲ ਥਾਲ ਬਣਾ ਕੇ ਲਿਆਏ, ਉਹ ਛੁਹਾਰੇ 'ਤੇ ਵਰਕ ਜਿਹਾ ਲਾਇਆ ਹੋਇਆ ਸੀ। ਕਹਿੰਦੇ ਰਾਜਾ ਆਪ ਉਹਨੂੰ ਜੀ ਆਇਆਂ ਨੂੰ ਕਹਿਣ ਗਿਆ, ਰਿਸੀਵ ਕਰਨ ਗਿਆ, ਕਹਿੰਦਾ ਤੂੰ ਆਇਆ ਮੇਰਾ ਦਿਲ ਖੁਸ਼ ਕਰਦਾ। ਉਹ ਨਿਸ਼ਾਨੀ ਲਾਈ ਹੋਈ, ਉਹ ਛੁਹਾਰਾ ਫੜਿਆ, ਕਹਿੰਦਾ ਮੈਂ ਤੈਨੂੰ ਖਵਾਉਣਾ ਹੀ ਖਵਾਉਣਾ। ਅੱਜ ਉਹ ਬੰਦੇ ਨੇ ਖਾ ਲਿਆ ਜੀ। ਅੱਖੋ ਹੁਣ ਇਹਦਾ ਮਕਸਦ ਹੱਲ ਹੋ ਗਿਆ। ਜਦੋਂ ਉਹਨੇ ਛੁਹਾਰਾ ਖਵਾ ਲਿਆ ਅਤੇ 2 ਨੌਕਰ ਉਹਦੇ ਆਲੇ ਦੁਆਲੇ ਲਾ ਤੇ, ਕਹਿੰਦਾ ਹੁਣ ਇਹਦੇ ਨਾਲ ਜੋ ਬੀਤੇਗੀ ਨਾ ਮੈਨੂੰ ਦੱਸਣਾ, ਵੀ ਮੈਨੂੰ ਰਿਪੋਰਟ ਦੇਣਾ। ਉਹਨੂੰ ਸੀ ਵੀ ਇਹਨੇ ਛੁਹਾਰਾ ਖਾ ਲਏ, ਹੁਣੇ ਇਹਦਾ ਕੋਈ ਨਾ ਕੋਈ ਨੁਕਸਾਨ ਹੋਏਗਾ। ਅੱਖੋ ਕਹਿੰਦੇ ਉਹ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ, ਸਾਰੀ ਰਾਤ ਨੌਕਰ ਪਹਿਰੇ ਤੇਰੇ। ਉਹ ਘਰ ਚਲਾ ਗਿਆ। ਰਾਜਾ ਕਹਿੰਦਾ 2 ਨੌਕਰਾਂ ਨੂੰ ਤੁਸੀਂ ਇਹਦੇ ਘਰ ਦੇ ਆਲੇ ਦੁਆਲੇ ਹੀ ਰਹਿਣਾ, ਇਹਦੇ ਘਰ ਅੱਗ ਲੱਗ ਜੇ, ਕੋਈ ਨੁਕਸਾਨ ਹੋਵੇ, ਕੋਈ ਮਰ ਜਾਏਗਾ, ਕੋਈ ਐਕਸੀਡੈਂਟ ਹੋਏਗਾ, ਜੋ ਹੋਏਗਾ ਮੈਨੂੰ ਖਬਰ ਦਿਓ। ਸੰਗਤ ਜੀ 1 ਦਿਨ 2 ਦਿਨ 3 ਦਿਨ 4 ਦਿਨ ਤੁਸੀਂ ਮੰਨੋਗੇ ਨਹੀਂ, 10 ਦਿਨ ਬੀਤ ਗਏ, ਕੋਈ ਨੁਕਸਾਨ ਨਹੀਂ ਹੋਇਆ ਬੰਦੇ ਦਾ। ਅੱਖੋ ਸਾਰੇ ਆਖੋ ਜੀ। ਹੁਣ ਕਹਿੰਦੇ 10ਵੇਂ ਦਿਨ ਰਾਜਾ ਬੜਾ ਗਰਮ। ਇਹ ਸੈਯਦ ਪ੍ਰਿਥੀਪਾਲ ਜਿਹੜੇ ਗੱਲ ਸੁਣਾ ਰਹੇ ਆ, ਕਹਿੰਦੇ ਮੈਂ ਆਪਣੇ ਘਰ ਸਾਂ, ਮੇਰਾ ਪਿਓ ਘਰ ਸੀ, ਅਤੇ ਰਾਜਾ ਆਪਣੇ ਬੰਦਿਆਂ ਨਾਲ ਸਵੇਰੇ ਸਵੇਰੇ ਸਾਡੇ ਘਰ ਆ ਗਿਆ, ਅਤੇ ਘਰ ਆਉਂਦੇ ਹੀ ਰਾਜੇ ਨੇ ਬੋਲ ਕਬੋਲ ਬੋਲਣੇ ਸ਼ੁਰੂ ਕਰਤੇ, ਗਰਮ ਬੋਲਣਾ ਸ਼ੁਰੂ ਕਰਤਾ। ਕਹਿੰਦਾ ਤੂੰ ਐਵੇਂ ਡਰਾਮੇ ਕਰਦਾ, ਪਖੰਡ ਕਰਦਾ, ਤੇਰੀ ਕੋਈ ਤੰਤਰ ਵਿੱਦਿਆ 'ਚ ਅਸਰ ਨਹੀਂ ਹੈਗਾ, ਜੇ ਤੇਰੇ ਕੋਲ ਕੋਈ ਤਾਕਤ ਹੁੰਦੀ ਉਹ ਬੰਦੇ ਦਾ ਨੁਕਸਾਨ ਨਾ ਹੁੰਦਾ, ਮੇਰਾ 2-4 ਲੱਖ ਲਵਾ ਤਾ, ਉਹ ਬੰਦੇ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ, ਉਹਦਾ ਵਾਲ ਵਿੰਗਾ ਵੀ ਨਹੀਂ ਹੋਇਆ। ਕਹਿੰਦਾ ਮੇਰਾ ਪਿਓ ਮੰਨੇ ਨਾ ਵੀ ਹੋ ਹੀ ਨਹੀਂ ਸਕਦਾ, ਮੇਰੇ ਮੰਤਰਾਂ 'ਚ ਇੰਨੀ ਤਾਕਤ, ਉਹਦਾ ਨੁਕਸਾਨ ਹੋਣਾ ਚਾਹੀਦਾ। ਉਹ ਕਹਿੰਦਾ 10 ਦਿਨ ਹੋ ਗਏ ਮੈਂ ਆਪਣੇ ਨੌਕਰ ਉਹਦੇ ਘਰ ਰੱਖੇ ਹੋਏ ਆ, ਉਹਦਾ ਨੁਕਸਾਨ ਹੁੰਦਾ ਮੈਨੂੰ ਉਸੇ ਵੇਲੇ ਖਬਰ ਆ ਜਾਣੀ ਸੀ। ਕਹਿੰਦਾ ਮੇਰਾ ਪਿਓ ਰਾਜੇ ਨੂੰ ਕਹਿੰਦਾ ਚੱਲ ਹੁਣੇ ਚੱਲੀਏ ਉਹਦੇ ਘਰ, ਵੇਖਦੇ ਹਾਂ ਕਿਉਂ ਨੁਕਸਾਨ ਨਹੀਂ ਹੋਇਆ। ਕਹਿੰਦਾ ਰਾਜਾ ਮੇਰੇ ਪਿਓ ਨੂੰ ਲੈ ਕੇ ਚੱਲ ਪਿਆ, ਮੈਂ ਨਾਲ ਚੱਲ ਪਿਆ, ਮੈਂ ਛੋਟਾ ਸਾਂ। ਕਹਿੰਦਾ ਜਦੋਂ ਉੱਥੇ ਗਏ ਉਹ ਬੱਚਾ ਸੈਯਦ ਪ੍ਰਿਥੀਪਾਲ ਸਿੰਘ ਜੀ, ਕਹਿੰਦੇ ਮੇਰਾ ਪਿਓ ਉਸ ਬੰਦੇ ਨੂੰ ਪੁੱਛਦਾ, ਕਹਿੰਦਾ ਪੁਰਖਾ ਇੱਕ ਗੱਲ ਦੱਸ, ਤੂੰ ਕਿਹੜਾ ਮੰਤਰ ਜਪਦਾ, ਜਿਸ ਮੰਤਰ ਦੇ ਜਪਦਿਆਂ ਤੇਰੇ ਉੱਤੇ ਮੇਰੇ ਦਿੱਤੇ ਮੰਤਰ ਦਾ ਕੋਈ ਅਸਰ ਹੀ ਨਹੀਂ ਹੋਇਆ। ਅੱਖੋ ਹੁਣ ਅੱਗੋਂ ਬੰਦਾ ਬੋਲਿਆ ਜੀ, ਉਹ ਕਹਿੰਦਾ ਮੈਂ ਵਾਂ ਬਾਬੇ ਨਾਨਕ ਦਾ ਸਿੱਖ। ਸਾਰੇ ਆਖੋ ਜੀ, ਇੱਕ ਜਕਾਰਾ ਇਸੇ ਗੱਲ ਦਾ ਹੀ ਦੇ ਦਿਓ ਗੱਜ ਕੇ।
ਟਕਾਰਾ ਢਿੱਲਾ ਆਇਆ ਦਾਸ ਲਾਵੇਗਾ ਬੋਲੇ ਕਹਿੰਦੇ ਉਹ ਬੰਦਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਵਾਂ ਤੇ ਜਪਜੀ ਸਾਹਿਬ ਪੜ੍ਹਨ ਤੋਂ ਬਾਅਦ ਫਿਰ ਸਾਰਾ ਦਿਨ ਮੈਂ ਪਹਿਲੀ ਪੌੜੀ ਦਾ ਜਾਪ ਰਸਨਾ ਤੇ ਰੱਖਦਾ ਵਾਂ ਆਖੋ ਇੱਕ ਓੰਕਾਰ ਸਤ ਕਰਤਾ ਨੇਰੇ ਨੇਰੇ ਅਕਾਲ ਅਜੂਨੀ ਸਹਿ ਗੁਰ ਜਪ ਆਦਿ ਜੁਗਾਲ ਹੈ ਵੀ ਨਾਨਕ ਹੋਸੀ ਭੀ ਕਹਿੰਦਾ ਮੈਂ ਸਾਰਾ ਦਿਨ ਆ ਮੰਤਰ ਜਪਦਾ ਵਾਂ ਕਹਿੰਦੇ ਹੁਣ ਸੁਣਿਓ ਉਹ ਸੱਯਦ ਪ੍ਰਤਿਪਾਲ ਕਹਿੰਦੇ ਹੁਣ ਮੇਰਾ ਪਿਓ ਯੂ ਟਰਨ ਲੈਂਦਾ ਤੇ ਰਾਜੇ ਵੱਲ ਤੱਕ ਕੇ ਕਹਿੰਦਾ ਰਾਜਣ ਤੂੰ ਪਹਿਲੇ ਕਿਉਂ ਨਹੀਂ ਦੱਸਿਆ ਇਹ ਬੰਦਾ ਗੁਰੂ ਨਾਨਕ ਦਾ ਸਿੱਖ ਏ ਰਾਜਾ ਕਹਿੰਦਾ ਇਹਦੇ ਨਾਲ ਕੀ ਫਰਕ ਪੈਣਾ ਸੀ ਕਹਿੰਦਾ ਬੜਾ ਫਰਕ ਪੈਣਾ ਸੀ ਕਹਿੰਦਾ ਕਿਉਂ ਕਹਿੰਦਾ ਜੇ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੋ ਕਿ ਇਹ ਬੰਦਾ ਬਾਬੇ ਨਾਨਕ ਦਾ ਸਿੱਖ ਏ ਮੈਂ ਤੈਨੂੰ ਪਹਿਲਾਂ ਹੀ ਦੱਸ ਦੇਣਾ ਸੀ ਓਏ ਜਿਹੜੇ ਬਾਬੇ ਨਾਨਕ ਦੇ ਸਿੱਖ ਨੇ ਉਹਨਾਂ ਤੇ ਸਾਡੇ ਮੰਤਰਾਂ ਦਾ ਕੋਈ ਅਸਰ ਨਹੀਂ ਜੇ ਹੁੰਦਾ ਆਖੋ ਜਿਹੜਾ ਗੁਰੂ ਨਾਨਕ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜੇ ਜਿਹੜਾ ਹਰ ਵੇਲੇ ਮੂਲ ਮੰਤਰ ਰਸਨਾ ਤੇ ਰੱਖਦਾ ਮੈਂ ਤੈਨੂੰ ਪਹਿਲੇ ਕਹਿ ਦੇਣਾ ਸੀ ਉਹਦੇ ਤੋਂ ਪੜੇ ਹੀ ਰਹਿ ਓਏ ਦੁਨੀਆ ਦੇ ਕੋਈ ਮੰਤਰ ਉਹਦਾ ਵਾਲ ਵੀਂਗਾ ਨਹੀਂ ਕਰ ਸਕਦੇ ਕਿਉਂ ਸਭ ਤੇ ਵੱਡਾ ਜਿਨ ਕੱਲ ਓਏ ਗੁਰੂ ਨਾਨਕ ਦੀ ਬਾਣੀ ਜਿਹਦੇ ਕੋਲ ਏ ਗੁਰੂ ਨਾਨਕ ਦੀ ਦਿੱਤੀ ਬਾਣੀ ਦਾ ਜਾਪ ਜਿਹਦੇ ਕੋਲ ਏ ਉਹਦਾ ਦੁਨੀਆ ਦੀ ਕੋਈ ਤਾਕਤ ਮਾੜਾ ਨਹੀਂ ਜੇ ਕਰ ਸਕਦੀ ਆਖੋ ਸਾਰੇ ਆਖੋ ਜੀ ਇਹ ਸੱਯਦ ਪ੍ਰਤਿਪਾਲ ਸਿੰਘ ਕਹਿੰਦੇ ਮੈਂ ਉਦੋਂ ਬੱਚਾ ਸਾਂ ਜਦੋਂ ਮੇਰੇ ਪਿਓ ਨੇ ਰਾਜੇ ਨੂੰ ਇੰਨੀ ਗੱਲ ਕਹੀ ਜੇ ਤੂੰ ਪਹਿਲੇ ਦੱਸ ਦਿੰਦਾ ਇਹ ਬਾਬੇ ਨਾਨਕ ਦਾ ਸਿੱਖ ਏ ਤੇ ਮੈਂ ਤੈਨੂੰ ਪਹਿਲੇ ਹੀ ਕਹਿ ਦੇਣਾ ਸੀ ਇਹਦੇ ਤੇ ਸਾਡੇ ਮੰਤਰਾਂ ਦਾ ਅਸਰ ਕੋਈ ਨਹੀਂ ਹੋਣਾ ਤੂੰ ਦੱਸਿਆ ਨਹੀਂ ਕਹਿੰਦੇ ਉਸ ਵੇਲੇ ਮੇਰੇ ਤੇ ਇੰਨਾ ਅਸਰ ਹੋਇਆ ਕਹਿੰਦੇ ਮੈਂ ਸੋਚਿਆ ਜੇ ਮੇਰਾ ਪਿਓ ਇੰਨਾ ਗੱਜ ਕੇ ਕਹਿ ਰਿਹਾ ਡੱਟ ਕੇ ਕਹਿ ਰਿਹਾ ਫਿਰ ਮੈਂ ਕਿਉਂ ਨਾ ਬਾਣੀ ਜਪਾਂ ਆਖੋ ਫਿਰ ਮੈਂ ਕਿਉਂ ਨਾ ਬਾਣੀ ਪੜਾਂ ਮੈਂ ਕਿਉਂ ਨਾ ਮੂਲ ਮੰਤਰ ਜਪਾਂ ਕਹਿੰਦੇ ਫਿਰ ਮੈਂ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਹੀ ਬਣ ਗਿਆ ਆਖੋ ਸਾਰੇ ਆਖੋ ਜੀ ਇਹ ਜਿੰਨੇ ਬੈਠੇ ਆ ਪਿਆਰਿਓ ਅੱਜ 16ਵੀਂ ਵਰੇ ਗੰਢ ਭਾਈ ਮਤੀ ਦਾਸ ਜੀ ਸੇਵਕ ਜੱਥੇ ਦੀ ਮਨਾਈ ਜਾ ਰਹੀ ਏ ਤੇ ਆਪਾਂ ਆ ਲੈ ਕੇ ਜਾਣਾ ਆਪਾਂ ਆ ਦਾਤ ਲੈ ਕੇ ਜਾਣੀ ਏ ਬਾਣੀ ਨਾਲ ਜੁੜੇ ਰਹਿਣਾ ਬਾਣੀ ਡੱਟ ਕੇ ਪੜਿਓ ਜੇ ਬਚਣਾ ਜੇ ਕਿਉਂਕਿ ਕਲ ਯੁਗੇ ਆਖੋ ਕਲ ਯੁਗ ਦੇ ਤੱਤੇ ਝੋਲੇ ਬੜੇ ਵਗਦੇ ਜੇ ਬਚਣਾ ਤੇ ਕਹਿੰਦੇ ਬਾਣੀ ਨਾਲ ਜੁੜਿਆ ਰਹਿ ਬਾਣੀ ਪੜ੍ਹਦਾ ਰਹਿ ਆਓ ਗੁਰੂ ਮਿਹਰ ਕਰੇ ਸਾਰੇ ਕਿਰਪਾ ਕਰਿਓ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬੋਲੋ ਸਾਰੇ ਗੁਰ ਪ੍ਰਸਾਦ ਪਰਮ ਪਦ ਸਾਰੇ
सारे नीचे बोल रहे हो, वाह वाह। अभी तो आधी बात सुननी है, शाबाश है। पाओ गुंजा सारे भले, हाँ जपो नाल नाल मंगो, बाबा जी मैनू अजपा जाप की दात दियो, बड़े जाप च मंग होवे सतगुरु मैनू भी स्वास स्वास जपण दियां दातां बख्शो। मेरे माधो जी सतसंगत मिले सो तरिया, गुर प्रसाद
ਸਤ ਪਾਇਆ ਸੰਗਤ ਦੀਆਂ ਕੜੀਆਂ ਭਾਗਾਂ ਨਾਲ ਮਿਲਦੀਆਂ ਔਰ ਇਹਦੇ ਵਿੱਚੋਂ ਆਪਾਂ ਲਾਭ ਲੈਣਾ। ਮਨ ਅਕੀਦੇ ਨਾਲ ਭਰ ਕੇ ਉੱਠੇ ਸੰਗਤ ਜਿਹੋ ਜਿਹੇ ਆਏ ਉਹੋ ਜਿਹੇ ਵਾਪਸ ਨਹੀਂ ਜਾਣਾ। ਹਿਰਦੇ ਦੇ ਭਾਂਡੇ ਵਿੱਚ ਪ੍ਰੇਮ ਭਰ ਭਰ ਕੇ ਲੈ ਕੇ ਜਾਣਾ। ਸ਼ਰਧਾ ਅਕੀਦਾ ਵਿਸ਼ਵਾਸ ਇਹ ਭਰ ਕੇ ਜਾਣੇ। ਇੱਥੇ ਗੁਰੂ ਦੀ ਮਿਹਰ ਵਰਤ ਰਹੀ ਹੈ। ਇਹ ਸਾਰੀ ਭਾਈ ਮਤੀ ਦਾਸ ਜੀ ਸੇਵਕ ਜੱਥੇ ਵੱਲੋਂ ਜਿੱਥੇ 16ਵੀਂ ਵਰੇ ਗੰਢ ਮਨਾਈ ਜਾ ਰਹੀ ਹੈ, 16ਵਾਂ ਸਾਲਾਨਾ ਸਮਾਗਮ ਹੈ ਤੇ ਉੱਥੇ ਬੜੇ ਜਿਹਨੂੰ ਕਹਿ ਲਓ ਵਧੀਆ ਉਪਰਾਲੇ ਨਾਲ ਜਾਂ ਸ਼੍ਰੇਸ਼ਟ ਉਪਰਾਲਾ, ਇਸ ਤੋਂ ਉੱਪਰ ਕੋਈ
ਕਰਮ ਨਹੀਂ ਹੋ ਸਕਦਾ ਕਿ ਛੋਟੇ ਛੋਟੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਗੁਰੂ ਮਤ ਨਾਲ ਗੁਰੂ ਨਾਲ ਜੋੜਿਆ ਜਾਵੇ। ਆਖੋ ਸਾਰੇ ਆਖੋ ਜੀ, ਇਹ ਸਭ ਤੋਂ ਵੱਡਾ ਉਪਰਾਲਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਹਨਾਂ ਨੇ ਬੱਚਿਆਂ ਦੇ ਗੁਰਮਤ ਲਿਖਤੀ ਪੇਪਰ ਹੋਏ ਨੇ। ਹੁਣੇ ਥੋੜ੍ਹੀ ਦੇਰ ਜੀ ਉਹਨਾਂ ਬੱਚਿਆਂ ਨੂੰ ਇਨਾਮ ਵੰਡੇ ਜਾਣੇ। ਉਰੇ ਕੋਈ ਛੋਟੀ ਗੱਲ ਨਹੀਂ। ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਕਿਸੇ ਨੰਗੇ ਦਾ ਤਨ ਢੱਕ ਦੇਣਾ ਚੰਗੀ ਗੱਲ ਏ, ਪਰ ਵੱਡੀ ਨਾ ਜਾਣੀ। ਹੈ ਚੰਗੀ ਇਹ, ਮਾੜੀ ਨਹੀਂ। ਕਿਸੇ ਭੁੱਖੇ ਨੂੰ ਭੋਜਨ ਛਕਾ ਦੇਣਾ ਬਹੁਤ ਚੰਗਾ, ਪਰ ਵੱਡਾ ਨਾ ਸਮਝੀ। ਕਿਸੇ ਨੰਗੇ ਦਾ ਤਨ ਢੱਕ ਦੇਣਾ ਬਹੁਤ ਚੰਗਾ, ਪਰ ਵੱਡਾ ਨਾ ਸਮਝੀ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ ਬਹੁਤ ਵਧੀਆ, ਪਰ ਵੱਡਾ ਨਾ ਸਮਝੀ। ਫਿਰ ਕਹਿੰਦੇ ਸਨ, ਵੱਡਾ ਪਤਾ ਕੀ ਏ? ਕੀ ਕਹਿੰਦੇ? ਕਿਸੇ ਟੁੱਟੇ ਨੂੰ ਗੁਰੂ ਨਾਲ ਜੋੜ ਦੇਣਾ। ਆਖੋ ਸਾਰੇ ਆਖੋ ਜੀ, ਕਿਸੇ ਨੂੰ ਜੋੜਨਾ, ਇਹਦੇ ਤੋਂ ਉੱਪਰ ਹੋਰ ਕੋਈ ਕਰਮ ਨਹੀਂ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਤੇ ਇਹ ਭਾਈ ਮਤੀ ਦਾਸ ਜੀ ਸੇਵਕ ਜੱਥਾ ਆ ਅਗਲੀਆਂ ਪੁਲਾਂਘਾਂ ਪੁੱਟ ਰਿਹਾ। ਇੱਕ ਹੁੰਦਾ ਵੀ ਕੇਵਲ ਆਪ ਜਪਣਾ, ਇੱਕ ਹੁੰਦਾ ਵੀ ਜਪਣ ਤੋਂ ਬਾਅਦ ਜੋੜਨਾ, ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ। ਆ ਅੱਜ ਦਾ ਜਿਹੜਾ ਇਹਨਾਂ ਦਾ ਉਪਰਾਲਾ ਹੈ, ਇਹਨੂੰ ਨਮਸਕਾਰ ਏ। ਆਖੋ ਤੁਸੀਂ ਵੀ ਜਿੰਨੇ ਬੈਠੇ ਹੋ, ਤੁਸੀਂ ਵੀ ਇਹ ਖੁਸ਼ਬੋ ਲੈ ਕੇ ਜਾਇਓ, ਆ ਰੰਗ ਲੈ ਕੇ ਜਾਇਓ। ਗੁਰੂ ਬਾਬੇ ਦੀ ਖੁਸ਼ੀ ਤੁਹਾਡੇ ਤੇ ਸਭ ਤੋਂ ਜ਼ਿਆਦਾ ਵਰਸੇਗੀ। ਜੇ ਗੁਰੂ ਦੀ ਖੁਸ਼ੀ ਲੈਣੀ ਚਾਹੁੰਦੇ ਹੋ ਤੇ ਫਿਰ ਜੋੜਨ ਵਾਲੇ ਕੰਮ ਕਰਿਆ ਕਰੋ। ਆਖੋ ਸਾਰੇ ਆਖੋ ਜੀ, ਜੋੜਿਆ ਕਰੋ। ਇਹਦੇ ਵਰਗੀ ਰੀਸ ਨਹੀਂ। ਬਾਬਾ ਜੀ ਦੀ ਖੁਸ਼ੀ ਉਹਦੇ 'ਤੇ ਹੈ। ਕੋਈ ਬਾਣੀ ਪੜ੍ਹੇ, ਬਾਣੀ ਪੜ੍ਹਨ ਵਾਲੇ 'ਤੇ ਬੜੀ ਖੁਸ਼ੀ। ਮੈਂ ਇੱਕ ਕਥਾ ਸੁਣੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਨਾ ਕੋਈ ਸਰੀਰ ਆਏ, ਇੱਕ ਪਰਿਵਾਰ ਆਇਆ ਸੀ। ਉਹਨੇ 5-6 ਦਿਨ ਤਮਾਸ਼ੇ ਦਿਖਾਉਂਦਾ ਰਿਹਾ। ਮਹਾਰਾਜ ਦਾ ਦਰਬਾਰ ਹੁੰਦਾ ਸੀ, ਕੋਈ ਤਮਾਸ਼ਾ ਵੀ ਦਿਖਾਉਂਦਾ ਸੀ, ਉਹਨੂੰ ਵੀ ਮਹਾਰਾਜ ਜੀ ਨਾਮ ਦਿੰਦੇ ਸਨ। ਆਖੋ ਸਾਰੇ ਆਖੋ ਜੀ, ਉਹ ਇੱਕ ਪਰਿਵਾਰ ਸੀ। ਉਹਨੇ 4-5 ਦਿਨ ਕਰਤੱਵ ਦਿਖਾਏ, ਤਮਾਸ਼ੇ ਦਿਖਾਏ। ਗੁਰੂ ਦੀ ਮੌਜ ਆਇਆ ਉਹ ਪਰਿਵਾਰ ਪੈਸਿਆਂ ਦੀ ਭਾਵਨਾ ਨਾਲ ਸੀ ਵੀ ਸਾਨੂੰ ਖਜ਼ਾਨਾ ਮਿਲੇਗਾ, ਬਖਸ਼ਿਸ਼ ਮਿਲੇਗੀ, ਖੁਸ਼ੀਆਂ ਮਿਲਣਗੀਆਂ। ਕਹਿੰਦੇ ਮਹਾਰਾਜ ਦੀ ਮੌਜ, ਮਹਾਰਾਜ ਨੇ ਕੋਈ ਵਿਸ਼ੇਸ਼ ਧਿਆਨ ਹੀ ਨਹੀਂ ਦਿੱਤਾ। 5 ਦਿਨ ਉਹ ਪਰਿਵਾਰ ਨਾਲ ਤਮਾਸ਼ੇ ਕਰਤੱਵ ਦਿਖਾਉਂਦਾ ਰਿਹਾ, ਗੁਰੂ ਸਾਹਿਬ ਕੋਈ ਧਿਆਨ ਨਹੀਂ ਦਿੱਤਾ। ਅਗਲੇ ਦਿਨ ਪਰਿਵਾਰ ਨੇ ਵਾਪਸ ਜਾਣਾ ਸੀ। ਉਹ ਰਾਤੀ ਇੱਕ ਸੇਵਾਦਾਰ ਨੂੰ ਕਹਿੰਦਾ ਵੀ ਅਸੀਂ ਤਾਂ ਬੜੀ ਸੋਭਾ ਸੁਣ ਕੇ ਆਏ ਸਾਂ, ਮਹਾਰਾਜ ਜੀ ਝੋਲੀਆਂ ਭਰ ਦਿੰਦੇ ਹੈ, ਅਸੀਂ 4-5 ਦਿਨ ਤਮਾਸ਼ੇ ਦਿਖਾਉਂਦੇ ਰਹੇ ਹਾਂ, ਕਰਤੱਵ ਦਿਖਾਉਂਦੇ ਰਹੇ ਹਾਂ, ਮਹਾਰਾਜ ਨੇ ਕੋਈ ਦਿੱਤਾ ਹੀ ਨਹੀਂ। ਉਹ ਜਿਹੜਾ ਸੇਵਾਦਾਰ ਸੀ ਨਾ, ਉਹ ਸਿਆਣਾ ਸੀ, ਕਹਿੰਦਾ ਤੁਸੀਂ 4-5 ਦਿਨ ਕਿਹੜੇ ਕਿਹੜੇ ਕਰਤੱਵ ਦਿਖਾਏ? ਉਹਨਾਂ ਸਾਰੇ ਕਰਤੱਵ ਦੱਸੇ, ਇਹ ਵੀ ਕੀਤਾ, ਇਹ ਵੀ ਕੀਤਾ, ਇਹ ਵੀ ਕੀਤਾ, ਮਹਾਰਾਜ ਨੇ ਕੋਈ ਦਿੱਤਾ ਹੀ ਨਹੀਂ। ਹੁਣ ਸੁਣਿਓ, ਉਹ ਸੇਵਾਦਾਰ ਕਹਿੰਦਾ ਤੁਸੀਂ ਕੋਈ ਸ਼ਬਦ ਸੁਣਾਇਆ ਮਹਾਰਾਜ ਨੂੰ? ਉਹ ਕਹਿੰਦਾ ਨਹੀਂ। ਕਹਿੰਦਾ ਫਿਰ ਮੇਰੀ ਇੱਕ ਗੱਲ ਮੰਨ ਲਓ, ਕੱਲ੍ਹ ਜਾਣ ਤੋਂ ਪਹਿਲੇ ਇੱਕ ਸ਼ਬਦ ਸੁਣਾ ਦਿਓ। ਉਹ ਕਹਿੰਦਾ ਵੀ ਚਲੋ ਹੁਣ ਬਹੁਤੀ ਤਾਂ ਤਿਆਰੀ ਨਹੀਂ, ਕਿ ਅਸੀਂ ਤਾਂ ਕਰਤੱਵ ਦਿਖਾਉਣ ਵਾਲੇ ਹਾਂ, ਇੱਕ ਬੱਚਾ ਛੋਟਾ ਹੈਗਾ ਇਹਨੂੰ ਸ਼ਬਦ ਇੱਕ ਸਿਖਾ ਦਿੰਦੇ ਹਾਂ।
एक शब्द रात च सीख ही जाएगा। वो सवेरे उस बच्चे नूं शब्द सिखा के सारी रात लाई बच्चे ने शब्द सीखिया। वो परिवार अगले दिन जान लगा सवेरे ते महाराज दे कोल जा रहे ने। महाराज जी कुदरती बरांडे च मिल पे। महाराज कहिंदे तुसीं ते राती आग्या ले ली सी, गए नहीं रात दे। हुण गुरु गोबिंद सिंह महाराज नूं परिवार पता की कहिंदा, हुण उह की दसे साडी अंदरों की चल रहा है। वो कहिंदे महाराज असीं चले जाना सी, बाकी सारे करतब हो गए सी, एक आइटम रह गई सी, जे वह कहो तो बच्चा सुना दे पेश कर दे। महाराज कहिंदे फिर दीवान तो हुण राती लगना, फिर इत्थे ही सुना दिओ बच्चे नूं, कोई जिहड़ी आइटम रह गई इत्थे ही सुना दे। वो बच्चे ने शब्द उत्थे बरांडे जी सुनाता जी, ते वो शब्द भी लिखे है कथा जे। कहिंदे वो शब्द सी थिर घर बैसो, सारे बोलो थिर घर बैसो, सतगुर तुमरे दुष्ट दूत जन की पैज, बादशाह शाह सब वस कर दीने अमृत नाम, निरपो होए भजो भगवान साध संगत मिल, शरण परे प्रभ नानक ओट। वो सारा शब्द सुनाया, उन छोटा जा 7-8 साल का बच्चा एक शब्द सुनाया, ते महाराज इन्ने प्रसन्न इन्ने प्रसन्न। हुण है ते अंदर दियां सब जानदे भी जे 5 दिन करतब दिखांदे रहे सी कुछ नहीं दिता, बच्चे कोलों इन्होंने शब्द तैयार कराया, रात लाईए। महाराज कहिंदे शाबाश, बच्चे ने बड़ी मेहनत कीती है। कहिंदे फिर तुहानूं की दईए, कुछ कुछ है नहीं सी, बरांडे जी सी। महाराज ने कागज एक फड़िया, ते कलम दे नाल ना कागज ते ना दो अखर वाते 11 अखो। महाराज कहिंदे एक काम करो, आ साडे खजानची कोल चल जाओ, आ रुके ते कागज ते 11 लिखत है, ओदे कोलों 11 मोहरां सोने दियां ले लो अखो। सारे अखो जी, प्रसन्न हो गए, मैनूं कुछ ते दईए। बरांडे च सी जे दरबार च हुंदे पता नहीं की दे देंदे। रुके ते 11 दो एके पाए, 11 लिख के उन्होंने कहिंदे खजानची कोल जाओ। जिदा हुण खजानची हुंदे ने खजाने दे मालक, चाबियां जिन्हें कोल ने, खजानची कोल जाके इह साडा रुका दिखा के 11 मोहरां लै लो अखो। हुण सुनना जी संगत जी, वह गए खजानची कोल, जदों रुका दिता भी आ महाराज ने तुहाडे वल भेजे 11 मोहरां लैण वास्ते। वह खजानची 5 दिन का वेखदा पिया सी भी एक करतब दिखा रहे, महाराज इन्हां नूं कोई दिता नहीं अखो। जदों खजानची नूं इन्हां रुका पड़ाया जी, लो रुका 11 मोहरां का, ये दे दिओ। हुण सुणियो खजानची दे मन च ना डाउट आ गया, शक आ गया भी 5 दिन ते इन्हां नूं कुछ दिता नहीं, अज इन्हां ने की करता जिहड़ा 11 मोहरां दे दित्तियां अखो। 11 मोहरां ना सोने दियां, तो बहुत भी 5 दिन का तो इन्हां नूं कुछ मिलिया नहीं, अज 11 मोहरां कदियां दे दित्तियां महाराज ने। उहदे अंदर डाउट आ गया, ते डाउट क्लीयर करने वास्ते कहिंदा एक काम करो। उहदे अंदर डाउट आया भी कितें आपे ही ना 11 वालिया होवे अखो, है भी इन्हां नूं 5 दिन का तो देंदे नहीं पे महाराज, आपे ही ना 11 वालिया होवे। कहिंदे इंज मैं 11 मोहरां नहीं देनियां, ये रुका दुबारा जाओ तो महाराज कोलों सही करवा के लियाओ अखो। अपने वालों ने ना भी दोबारा भेजे भी सही करवा के लियाओ, भी ये दोबारा जाएंगे चेक हो जाएगा, रीचेक हो जाएगा, भी महाराज ने लिखे भी सही करवा के लिया भी 11 मोहरां बहुत ने, इनिया करतबा का कोई दिता नहीं, अज की करता जरा 11 मोहरां लिख दियाँ। हुण सुनियो ये परिवार कहिंदा चंगा जी, हुण इहनूं पता नहीं सी खजानजी के अंदर की चलन दे, उन्हें तो यह समझे भी कि आपे ने लिख लिया हो, सही कराण भेजांगा दोबारा महाराज को रीचेक हो जाएगा। तो जदों ये परिवार आया ना महाराज जी को, महाराज जी ने रुका दे के कहिंदा महाराज कहिंदे तुसीं गए नहीं, कहिंदा महाराज जी खजानची कोल गए सां, खजानची ने मोहरां नहीं दित्तियां क्यों? कहिंदा महाराज जी खजानची कहिंदा सही करवा के लियाओ। तो कहिंदे महाराज ने जदों रुका वापस पड़िया ना, हुण सुणियो उन्हें एक जे होर भावना नाल भेजिया, तो गुरु गोबिंद सिंह महाराज वर्गा वेखो दयालु हिरदा, महाराज ने रुका पड़िया कहिंदे साडा खजानची बड़ा ही सियाणा है अखो। उन्हें सही कहा भी सही करवा के लियाओ,
ਓਏ ਗੁਰੂ ਦਾ ਸ਼ਬਦ ਤੁਹਾਡੇ ਬੱਚੇ ਨੇ ਸੁਣਾਇਆ, ਗੁਰੂ ਦੇ ਸ਼ਬਦ ਦੇ ਬਦਲੇ ਯਾਰਾਂ ਮੋਹਰਾਂ ਤੇ ਕੁਝ ਵੀ ਨਹੀਂ ਹੈਗੀਆਂ। ਆਖੋ ਖਜ਼ਾਨਚੀ ਸਿਆਣਾ ਹੈ ਵੀ ਯਾਰਾਂ ਮੋਹਰਾਂ ਥੋੜੀਆਂ ਲੱਗੀਆਂ ਨੇ, ਯਾਰਾਂ ਮੋਹਰਾਂ ਤੇ ਕੁਝ ਵੀ ਨਹੀਂ ਗੁਰੂ ਦੇ ਸ਼ਬਦ ਦੇ ਬਦਲੇ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਏਕਾ ਹੋਰ ਪਾਤਾ। ਆਖੋ ਕਹਿੰਦੇ ਹੁਣ ਸੁਣਿਓ ਮਹਾਰਾਜ ਜੀ ਏਕਾ ਹੋਰ ਪਾਤਾ। ਕਹਿੰਦੇ ਅੱਲੋ ਫਿਰ ਉਹਨੂੰ ਕੋ ਸਹੀ ਕਰਦੀ ਹੈ, ਤੇਰੀ ਸਲਾਹ ਮੰਨ ਲਈਏ, ਯਾਰਾਂ ਦੀ ਥਾਂ ਹੁਣ 111 ਮੋਹਰਾਂ ਲੈ ਲਓ। ਆਖੋ ਹੁਣ ਸੁਣਿਓ ਗੱਲ ਇੱਥੇ ਖਤਮ ਨਹੀਂ ਹੋਈ। ਇਹ ਮਹਾਰਾਜ ਕੋਲ ਫੇਰ ਆਏ, ਮਹਾਰਾਜ ਕੋਲ ਰੁੱਕਾ ਲੈ ਗਏ। ਜਦੋਂ ਖਜ਼ਾਨਚੀ ਕੋਲ ਆਏ ਉਹਨੂੰ ਰੁੱਕਾ ਦਿੱਤਾ 111 ਮੋਹਰਾਂ ਦਾ। ਕਹਿੰਦੇ ਉਹ ਹੋਰ ਭੁੜ ਗਿਆ। ਆਖੋ ਉਹਨੂੰ 11 ਜ਼ਿਆਦਾ ਲੱਗ ਰਹੀਆਂ ਸਨ। ਜਦੋਂ ਉਹਨੇ ਵੇਖਿਆ 111 ਮੋਹਰਾਂ, ਉਹ ਕਹਿੰਦਾ ਵੀ ਇਹ ਆਪ ਹੀ ਨਾ ਪਾਲਿਆ ਹੋਵੇ। ਉਹ 11 ਤੇ ਡਾਊਟਫੁੱਲ ਸੀ, ਹੁਣ 111 ਹੋ ਗਈਆਂ, ਉਹਦਾ ਹੀ ਆਉਣਾ ਪਵੇ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਦੁਬਾਰਾ ਜਾਓ ਸਹੀ ਕਰਾ ਕੇ ਲਿਆਓ। ਆਖੋ ਉਹਨੂੰ ਜ਼ਿਆਦਾ ਲੱਗਣ। ਜਦੋਂ ਕਹਿੰਦੇ ਤੀਜੀ ਵਾਰੀ ਮਹਾਰਾਜ ਕੋਲ ਆਏ, ਮਹਾਰਾਜ ਫੇਰ ਆਏ ਹੋ ਮਹਾਰਾਜ ਜੀ, ਉਹ ਕਹਿੰਦਾ ਵੀ ਇਹਨੂੰ ਸਹੀ ਕਰ ਦਿਓ, ਹਜੇ ਵੀ ਇਹਨੂੰ ਸਹੀ ਨਹੀਂ ਲੱਗ ਰਹੀਆਂ। ਆਖੋ ਉਹਦੀ ਭਾਵਨਾ ਸੀ ਵੀ ਮਹਾਰਾਜ ਜੀ ਲਿਖਦੇ ਪਏ ਨੇ, ਉਹ ਇਹ ਸ਼ੱਕ 'ਚ ਸੀ। ਪਰ ਇੱਧਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਬੜਾ ਸਿਆਣਾ ਸਾਡਾ ਬੰਦਾ, ਕਹਿੰਦੇ ਵੀ ਗੁਰੂ ਬਾਣੀ ਦੇ ਸ਼ਬਦ ਦੇ ਬਦਲੇ ਤੇਰੇ ਬੱਚੇ ਨੇ ਸ਼ਬਦ ਸੁਣਾਇਆ, ਇਹਦੇ ਬਦਲੇ 111 ਵੀ ਥੋੜੀਆਂ ਲੱਗ ਰਹੀਆਂ। ਬਿਲਕੁਲ ਠੀਕ ਕਹਿ ਰਿਹਾ, ਸ਼ਬਦ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਮਹਾਰਾਜ ਨੇ ਇੱਕ ਹੋਰ ਪਾਤਾ ਜੀ। ਆਖੋ ਕਹਿੰਦੇ 1111 ਮੋਹਰਾਂ ਕਰਤੀਆਂ ਜੀ। ਸਾਡੇ ਮਾਣ ਯੋਗ ਸਤਿਕਾਰ ਯੋਗ ਸਾਧ ਸੰਗਤ ਜੀ, ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਜਿਨ੍ਹਾਂ ਦੀ ਆਪ ਜੀ ਉਡੀਕ ਕਰ ਰਹੇ ਸੀ, ਦਾਸ ਵੀ, ਸਾਰੀ ਸਟੇਜ, ਸਾਰੀ ਸੰਗਤ, ਸਾਰੇ ਅਸਥਾਨ ਵੱਲੋਂ ਦਾਸ ਉਹਨਾਂ ਨੂੰ ਸਟੇਜ ਵੱਲੋਂ ਰੋਮ ਰੋਮ ਰਾਹੀਂ ਜੀ ਆਇਆਂ ਨੂੰ ਕਹਿੰਦੇ ਹੋਏ ਆਪ ਸੰਗਤਾਂ ਨੂੰ ਬੇਨਤੀ ਕਰੇਗਾ, ਜੈਕਾਰੇ ਨਾਲ ਇੱਕ ਵਾਰੀ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਕਹੀਏ, ਸਾਰੇ ਕਿਰਪਾ ਕਰ ਦਿਓ ਜੀ। ਬੋਲੇ ਸਾਧ ਸੰਗਤ ਜੀ, ਮੇਰਾ ਮਨ ਆਇਆ ਵੀ 5 ਵਾਰੀ ਵਾਹਿਗੁਰੂ ਕਹਿ ਕੇ ਮਹਾਂਪੁਰਖਾਂ ਨੂੰ ਇੱਕ ਅਸੀਸ ਵੀ ਦੇ ਦਿਓ। ਤੁਸੀਂ ਜੀ ਆਇਆਂ ਨੂੰ ਜੈਕਾਰੇ ਨਾਲ ਕਹੇ ਅਤੇ ਹੁਣ ਅਸੀਸ ਦੇ 5 ਵਾਰੀ ਵਾਹਿਗੁਰੂ ਸ਼ਬਦ, ਕਿਉਂਕਿ ਮਹਾਂਪੁਰਖ ਸਾਨੂੰ ਹੀ ਇਹੀ ਓ ਸਿਖਾਉਂਦੇ ਨੇ। ਔਰ ਉਹਨਾਂ ਦੀ ਆਪਣੀ ਵੀ ਬਹੁਤ ਭਾਵਨਾ ਹੈ ਵੀ ਸੰਗਤ ਦੇ ਮੈਨੂੰ ਬਚਨ ਸੁਣਾਉਂਦੇ ਹੁੰਦੇ ਆ, ਕਹਿੰਦੇ ਗੁਰੂ ਨਾਨਕ ਨੇ ਸਾਰੀਆਂ ਦਾਤਾਂ ਸੰਗਤ ਦੇ ਚਰਨਾਂ ਵਿੱਚ ਰੱਖੀਆਂ ਹੋਈਆਂ ਨੇ। ਆਖੋ ਗੁਰੂ ਨਾਨਕ ਦੀਆਂ ਸਾਰੀਆਂ ਬਖਸ਼ਿਸ਼ਾਂ ਦੀ ਚਾਬੀ ਸੰਗਤ ਦੀ ਧੂੜੀ ਵਿੱਚ ਏ, ਅਤੇ ਸੰਗਤ ਅਸੀਸ ਦੇ ਦਿਓ 5 ਵਾਰੀ ਵਾਹਿਗੁਰੂ ਕਹਿ ਕੇ। ਇਹ ਤੁਹਾਡੀ ਅਸੀਸਾਂ ਨਾਲ ਹੋਰ ਚੜ੍ਹਦੀ ਕਲਾ ਨਾਲ ਦਿਨ ਰਾਤ ਇਸੇ ਤਰ੍ਹਾਂ ਪੰਥ ਸਿੱਖ ਦੀ ਕੌਮ ਦੀ ਸੇਵਾ ਕਰਦੇ ਰਹਿਣ, ਸਾਰੇ ਕਿਰਪਾ ਕਰਿਓ। ਵਾਹਿਗੁਰੂ 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 ਵਾਹਿਗੁਰੂ। ਜੀ ਆਇਆਂ ਨੂੰ, ਮਹਾਂਪੁਰਸ਼ਾਂ ਨੂੰ, ਜੀ ਆਇਆਂ ਨੂੰ, ਆਓ ਹੁਣ ਦਾਸ ਆਪਣੀ ਸਾਖੀ ਉਹਨੂੰ ਸੰਕੋਚ ਕੇ ਸੰਪੂਰਨ ਕਰਾਂ ਮੈਂ 1-2 ਲੈਣਾ ਵਿੱਚ। ਸੰਗਤ ਜੀ, 1111 ਮੋਹਰਾਂ ਲਿਖਤੀਆਂ। ਉਹ ਜਦੋਂ ਖਜ਼ਾਨਚੀ ਕੋਲ ਤੀਜੀ ਵਾਰੀ ਰੁੱਕਾ ਲੈ ਕੇ ਗਏ ਤੇ ਉਹਨੂੰ ਮੰਨਣ 'ਚ ਨਾ ਆਵੇ ਜੀ। ਆਖੋ ਤੇ ਲਿਖਿਆ, ਸਿਲਸਿਲਾ ਚੱਲਦਾ ਰਿਹਾ, ਪਤਾ ਕਿੱਥੋਂ ਤੱਕ ਚੱਲਿਆ। ਇੰਨੀ ਵਾਰੀ ਉਹਨੇ ਭੇਜਿਆ, ਜਿੰਨੀ ਵਾਰੀ ਮਹਾਰਾਜ ਕੋਲ ਆਉਂਦੇ ਮਹਾਰਾਜ ਏਕਾ ਪਾ ਦਿੰਦੇ ਨੇ, ਤੇ 1,11,111 ਮੋਹਰਾਂ ਹੋ ਗਈਆਂ ਜੀ। ਆਖੋ ਸਾਰੇ ਆਖੋ ਜੀ। ਤੇ ਜਦੋਂ 1,11,111 ਮੋਹਰਾਂ ਹੋ ਗਈਆਂ, ਖਜ਼ਾਨਚੀ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਸਹੀ ਕਰਾ ਕੇ ਲਿਆਓ, ਤੁਸੀਂ 1-1 ਪਵਾ ਕੇ ਲੈਂਦੇ ਹੋ। ਕਹਿੰਦਾ ਹੁਣ ਮੈਂ ਜਾਣਾ ਵਾ। ਆਖੋ ਜਦੋਂ ਆਪ ਆਇਆ, ਮਹਾਰਾਜ ਮੈਂ ਤੇ 11 ਮੋਹਰਾਂ ਵੱਧ ਸਮਝੀਆਂ ਸੀ, ਤੁਸੀਂ 1,11,111 ਮੋਹਰਾਂ ਇੱਕ ਸ਼ਬਦ ਦੇ ਬਦਲੇ ਇੰਨੀ ਮਾਇਆ,
ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਓਏ ਖਜ਼ਾਨਚੀ ਨੂੰ ਕਹਿੰਦੇ ਖਜ਼ਾਨਚੀ ਇਹ ਮੈਨੂੰ ਹਜੇ ਵੀ ਥੋੜੀਆਂ ਲੱਗਦੀਆਂ ਜੇ ਮੈਂ ਆਪਣਾ ਸੀਸ ਵੀ ਲਾ ਕੇ ਦੇ ਦਿਆਂ ਇਹ ਸ਼ਬਦ ਦੀ ਕੀਮਤ ਤਾਂ ਵੀ ਨਹੀਂ ਦਿੱਤੀ ਜਾ ਸਕਦੀ ਆਖੋ ਵਾਹਿਗੁਰੂ ਸਾਰੇ ਆਖੋ ਜੀ ਕੇਵਲ ਦਾਸ ਤਾਂ ਬੇਨਤੀ ਕਰ ਰਿਹਾ ਸੀ ਇਹ ਉਪਰਾਲਾ ਕੋਈ ਜੋੜੇ ਬੱਚਿਆਂ ਨੂੰ ਇੱਕ ਬੱਚੇ ਨੇ ਸ਼ਬਦ ਸੁਣਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤ ਕੀਤਾ ਸਭ ਕੁਝ ਦੇ ਦਈਏ ਤੇ ਇੱਥੇ ਅੱਜ ਭਾਈ ਮੱਦੀ ਦਾਸ ਜੀ ਸੇਵਕ ਜੱਥਾ ਇਹਨਾਂ ਦੇ ਇਸ ਉਪਰਾਲੇ ਨੂੰ ਨਮਸਕਾਰ ਏ ਜਿਹੜਾ ਆਪਣੀ 16ਵੀਂ ਵਰੇਗੰਢ ਬੱਚਿਆਂ ਨੂੰ ਜੋੜ ਕੇ ਨਵੇਂ ਨਵੇਂ ਢੰਗ ਦੇ ਨਾਲ ਗੁਰਮਤਿ ਲਿਖਤੀ ਪੇਪਰਾਂ ਦੇ ਰਾਹੀਂ ਵੀ ਕਿਸੇ ਬਹਾਨੇ ਸਾਡੀ ਪਨੀਰੀ ਜੁੜ ਜਾਏ ਆਖੋ ਤੇ ਇਹਨਾਂ 'ਤੇ ਮੇਰਾ ਵਿਸ਼ਵਾਸ ਏ ਮਹਾਂਪੁਰਖਾਂ ਦੀਆਂ ਵੀ ਖੁਸ਼ੀਆਂ ਭਾਈ ਮੱਦੀ ਦਾਸ ਜੀ ਦੀਆਂ ਵੀ ਖੁਸ਼ੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਦੀਆਂ ਉਹਨਾਂ ਦੀਆਂ ਵੀ ਬੇਅੰਤ ਖੁਸ਼ੀਆਂ ਆਓ ਗੁਰੂ ਮਿਹਰ ਕਰੇ ਹੁਣ ਮਹਾਂਪੁਰਖ ਪਹੁੰਚ ਚੁੱਕੇ ਨੇ ਆਪਾਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਫਿਰ ਅਗਲਾ ਸਮਾਗਮ ਆਪ ਜੀ ਸਟੇਜ ਸਕੱਤਰ ਪਾਸੋਂ ਸਰਵਣ ਕਰੋ ਜੀ ਸਾਰੇ ਕਿਰਪਾ ਕਰਿਓ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਬੋਲੋ ਸਾਰੇ ਸਾਰੇ ਦੀ ਬੋਲ ਰਹੇ ਮੇਰੇ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰ ਸੇਵਾ ਪ੍ਰਵਾਨ ਕਰਨੀ
ਹੋਈਆਂ ਬੇਅੰਤ ਆਦੀਆਂ ਬੇਅਦੀਆਂ ਗਲਤੀਆਂ ਭੁੱਲਾਂ ਬਖਸ਼ ਲੈਣੀਆਂ। ਕੋਈ ਸਮਝ ਨਹੀਂ, ਕੋਈ ਗੁਣ ਨਹੀਂ, ਕੋਈ ਜਾਚ ਨਹੀਂ, ਕੀਰਤਨ ਕਰਨਾ ਨਹੀਂ ਆਉਂਦਾ। ਮਹਾਂਪੁਰਖ ਬਿਠਾ ਦਿੰਦੇ ਨੇ, ਸੰਗਤ ਹੱਥ ਰੱਖ ਕੇ ਸਿਰ 'ਤੇ ਸੇਵਾ ਲੈ ਲੈਂਦੀ ਹੈ, ਆਪ ਜੀ ਭੁੱਲਾਂ ਬਖਸ਼ ਲੈਣੀਆਂ ਅਤੇ ਸਾਰੀ ਇੱਥੋਂ ਦੀ ਪਿਆਰ ਵਾਲੀ ਪ੍ਰਬੰਧਕ ਕਮੇਟੀ ਦਾ, ਇਹ ਸਾਰੇ ਅਸਥਾਨ ਦਾ, ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਫੁੰਮਨ ਸਿੰਘ ਜੀ ਜਿਹੜੇ ਇੱਥੋਂ ਦੀ ਸਾਰੀ ਸਾਂਭ ਸੰਭਾਲ ਸੇਵਾ ਦੇਖਦੇ ਨੇ, ਉਹਨਾਂ ਦਾ, ਗੁਰੂ ਦੇ ਵਜ਼ੀਰ ਸੇਵਾਦਾਰ ਸਭਨਾਂ ਦਾ ਧੰਨਵਾਦ। ਭਾਈ ਮਤੀ ਦਾਸ ਜੀ ਸੇਵਕ ਜੱਥਾ, ਭੈਣ ਜੀ ਜਗਜੀਤ ਕੌਰ ਜੀ ਜਿਨ੍ਹਾਂ ਦੇ ਇਸ ਉਪਰਾਲੇ ਨੂੰ ਨਮਸਕਾਰ ਹੈ, ਉਹਨਾਂ ਦੀ ਸਾਰੀ ਜਥੇਬੰਦੀ ਦਾ ਧੰਨਵਾਦ। ਅਤੇ ਹੁਣ ਅਗਲਾ ਸਮਾਗਮ ਸਾਡੇ ਗੁਰਮੁਖ ਪਿਆਰੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ, ਮਹਾਂਪੁਰਸ਼ਾਂ ਦਾ ਸਮਾਂ। ਉਹਨਾਂ ਨਾਲ ਭਾਈ ਕਵਲਜੀਤ ਸਿੰਘ ਜੀ, ਕਵਰੀ ਵੀਰ ਜੀ ਜਿਨ੍ਹਾਂ ਵਿਚੋਲੇ ਬਣ ਕੇ ਸੰਗਤਾਂ ਦੇ ਦਰਸ਼ਨ ਕਰਾਏ, ਉਹਨਾਂ ਦਾ ਵੀ ਧੰਨਵਾਦ। ਸੰਗਤ ਦੇ ਵਿੱਚ ਭਾਈ ਅਤਿੰਦਰ ਸਿੰਘ ਜੀ ਅਮੈਰੀਕਾ ਤੋਂ, ਉਹ ਵੀ ਆਏ ਨਾਲ, ਗੁਰਚਰਨ ਸਾਡੇ ਭਾਅ ਜੀ ਪੱਪੂ ਵੀਰ ਜੀ, ਭਾਈ ਗੁਰਵਿੰਦਰ ਸਿੰਘ ਜੀ ਮਾਡਲ ਟਾਊਨ ਉੱਥੋਂ ਆਏ ਨੇ, ਭਾਈ ਸਤਿੰਦਰਪਾਲ ਸਿੰਘ ਜੀ ਪੰਜਾਬੀ ਬਾਗ ਤੋਂ ਸੰਗਤਾਂ ਸਮੇਤ ਆਏ ਨੇ। ਸਾਰਿਆਂ ਨੂੰ ਦਾਸ ਜੀ ਆਇਆਂ ਨੂੰ ਆਖਦਾ, ਰੋਮ ਰੋਮ ਰਾਈ ਜੀ ਆਇਆਂ ਨੂੰ, ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।